ਪੌਲੁਸ ਰਸੂਲ ਦੀ ਪੱਤਰੀ ਕਲੂਸੀਆ ਨੂੰ ਅਧਿਆਇ 4। ਹੇ ਮਾਲਕੋ, ਤੁਸੀਂ ਆਪਣਿਆਂ ਨੌਕਰਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਜਿਹੜਾ ਐਨ ਠੀਕ ਅਤੇ ਯਥਾਰਥ ਹੈ, ਕਿਉਂ ਜੋ ਤੁਸੀਂ ਜਾਣਦੇ ਹੋ ਭਈ ਸੁਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ। ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦੇ ਹੋਇਆਂ ਉਸ ਵਿੱਚ ਸੁਚੇਤ ਰਹੋ। ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਭਈ ਪਰਮੇਸ਼ੁਰ ਸਾਡੇ ਲਈ ਬਾਣੀ ਲਈ ਬੂਹਾ ਖੋਲ੍ਹੇ, ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਣਨ ਕਰੀਏ ਜਿਹਦੇ ਕਾਰਨ ਮੈਂ ਜਕੜਿਆ ਵੀ ਪਿਆ ਹਾਂ। ਭਈ ਜਿਵੇਂ ਮੈਨੂੰ ਵਰਣਨ ਕਰਨਾ ਯੋਗ ਹੈ ਤਿਆਂ ਹੀ ਉਸ ਨੂੰ ਪ੍ਰਗਟ ਕਰਾਂ। ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ। ਤੁਹਾਡੀ ਗੱਲਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ, ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ। ਤਖੀਕੁਸ, ਜਿਹੜਾ ਪ੍ਰਭੂ ਵਿੱਚ ਪਿਆਰਾ ਭਾਈ ਅਤੇ ਮਾਤਬਰ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ, ਮੇਰਾ ਸਾਰਾ ਹਾਲ ਚਾਲ ਤੁਹਾਨੂੰ ਦੱਸੇਗਾ, ਅਤੇ ਮੈਂ ਉਹਨੂੰ ਇਸੇ ਲਈ ਤੁਹਾਡੇ ਕੋਲ ਘੱਲਿਆ ਹੈ ਜੋ ਤੁਸੀਂ ਵਿਥਿਆ ਜਾਣ ਲਵੋ ਅਤੇ ਉਹ ਤੁਹਾਡੇ ਦਿਲਾਂ ਨੂੰ ਤਸੱਲਾ ਦੇਵੇ। ਮੈਂ ਉਹਦੇ ਨਾਲ ਉਨੇਸਮਸ ਨੂੰ ਘੱਲਿਆ ਜਿਹੜਾ ਮਾਤਬਰ ਅਤੇ ਪਿਆਰਾ ਭਾਈ ਔਰ ਤੁਹਾਡੇ ਵਿੱਚੋਂ ਹੈ। ਉਹ ਇੱਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ। ਅਰਸਖੁਸ, ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ, ਜਿਹੜਾ ਬਰਨਾਬਾਸ ਦਾ ਸਾਖ ਹੈ, ਜਿਹਦੇ ਵਿਖੇ ਤੁਹਾਨੂੰ ਹੁਕਮ ਮਿਲਿਆ ਸੀ ਜੇ ਉਹ ਤੁਹਾਡੇ ਕੋਲ ਆਵੇ ਤਾਂ ਉਹਦਾ ਆਦਰ ਭਾਵ ਕਰਨਾ, ਅਤੇ ਯਿਸੂ, ਜਿਹੜਾ ਯੂਸਤਸ ਕਰਕੇ ਸਦੀਦਾ ਹੈ, ਇਹ ਜਿਹੜੇ ਸੁਨਤੀਆਂ ਵਿੱਚੋਂ ਹਨ, ਤੁਹਾਡੀ ਸੁੱਖ ਸ਼ਾਂਤ ਪੁੱਛਦੇ ਹਨ। ਪਰਮੇਸ਼ੁਰ ਦੇ ਰਾਜ ਲਈ ਨੇਰੇ ਇਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ, ਅਤੇ ਇਹਨਾਂ ਤੋਂ ਮੈਨੂੰ ਤਸੱਲੀ ਹੋਈ ਹੈ। ਇਪਫਰਾਸ, ਮਸੀਹ ਯਿਸੂ ਦਾ ਦਾਸ, ਜਿਹੜਾ ਤੁਹਾਡੇ ਵਿੱਚੋਂ ਹੈ, ਤੁਹਾਡੀ ਸੁੱਖ ਸ਼ਾਂਤ ਪੁੱਛਦਾ ਹੈ, ਅਤੇ ਉਹ ਆਪਣੀਆਂ ਪ੍ਰਾਰਥਨਾ ਵਿੱਚ ਸਦਾ ਤੁਹਾਡੇ ਲਈ ਵੱਡਾ ਯਤਨ ਕਰਦਾ ਹੈ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਾ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ, ਕਿਉਂ ਜੋ ਮੈਂ ਉਹਦੀ ਸਾਖੀ ਭਰਦਾ ਹਾਂ ਭਈ ਉਹ ਤੁਹਾਡੇ ਅਤੇ ਉਹਨਾਂ ਦੇ ਲਈ ਜਿਹੜੇ ਲੌਦਿਕੀਆ ਵਿੱਚ ਅਤੇ ਜਿਹੜੇ ਹਾਇਰ ਪੁਲਿਸ ਵਿੱਚ ਰਹਿੰਦੇ ਹਨ ਬਹੁਤ ਮਿਹਨਤ ਕਰਦਾ ਹੈ। ਲੂਕਾ, ਪਿਆਰਾ ਵੈਦ ਅਤੇ ਦੇਮਾਸ ਤੁਹਾਡੀ ਸੁੱਖ ਸ਼ਾਂਤ ਪੁੱਛਦੇ ਹਨ। ਤੁਸੀਂ ਉਹਨਾਂ ਭਾਈਆਂ ਨੂੰ ਜਿਹੜੇ ਲੌਦਿਕੀਆ ਵਿੱਚ ਰਹਿੰਦੇ ਹਨ ਅਤੇ ਨੁਮਫਾਸ ਨੂੰ ਅਤੇ ਕਲੀਸਿਆ ਨੂੰ ਜੋ ਉਹਦੇ ਘਰ ਵਿੱਚ ਸੁੱਖ ਸ਼ਾਂਤ ਆਖੋ, ਅਤੇ ਜਾਂ ਇਹ ਪੱਤਰੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਭਈ ਇਹ ਲੌਦਿਕੀਆ ਦੀ ਕਲੀਸਿਆ ਵਿੱਚ ਵੀ ਪੜ੍ਹੀ ਜਾਵੇ, ਅਤੇ ਜਿਹੜੀ ਪੱਤਰੀ ਲੌਦਿਕੀਆ ਤੋਂ ਆਵੇ ਉਹ ਤੁਸੀਂ ਵੀ ਪੜ੍ਹੋ। ਅਤੇ ਅਰਖਪੁਰਸ ਨੂੰ ਆਖਣਾ ਭਈ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ, ਵੇਖੀ ਤੂੰ ਉਸ ਨੂੰ ਪੂਰੀਆਂ ਕਰੀ। ਮੇਰਾ ਪੁਰਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ, ਤੁਸਾਂ ਮੇਰੇ ਬੰਧਨਾਂ ਨੂੰ ਚੇਤੇ ਰੱਖਣਾ, ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।